ਵਿੱਚ ਦੁਨੀਆ ਸੇਵ ਕਮਾਈਏ ਵੈਲਫੇਅਰ ਸੁਸਾਇਟੀ ਵੱਲੋਂ 33 ਫੁੱਟਾ ਰੋਡ ਸੁੰਦਰ ਨਗਰ ਵਿਖੇ ਪ੍ਰਧਾਨ ਹਰਪ੍ਰੀਤ ਕੌਰ ਦੀ ਅਗਵਾਈ ਵਿੱਚ ਦੂਸਰਾ ਰਾਸ਼ਨ ਵੰਡ ਅਤੇ ਕੱਪੜਾ ਵਿਤਰਨ ਸਮਾਰੋਹ ਕਰਵਾਇਆ ਗਿਆ। 550 ਸਾਲਾ ਗੁਰਪੁਰਬ ਨੂੰ ਸਮਰਪਿਤ ਅਤੇ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਨਾ ਸਦਕਾ ਕਰਵਾਏ ਗਏ ਇਸ ਸਮਾਗਮ ਦੌਰਾਨ 550 ਲੋੜਵੰਦ ਪਰਿਵਾਰਾਂ ਨੂੰ ਉਪਰੋਕਤ ਸਮੱਗਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਸੰਸਥਾ ਪ੍ਰਧਾਨ ਹਰਪ੍ਰੀਤ ਕੌਰ ਨੇ ਕਿਹਾ ਕਿ ਸਾਡਾ ਇੱਕੋ ਇੱਕ ਮਕਸਦ ਹੈ ਕਿ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਉਹਨਾਂ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਬੱਚਿਆਂ ਨੂੰ ਪੜ੍ਹਾਈ ਦੀ ਸੁਵਿਧਾ ਵੀ ਮੁਫ਼ਤ ਦਿਵਾਈ ਜਾਂਦੀ ਹੈ ਤਾਂ ਜੋ ਇਹ ਬੱਚੇ ਵੱਡੇ ਹੋ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਅਤੇ ਨਾਲ ਨਾਲ ਲੋੜਵੰਦਾਂ ਦੀ ਮਦਦ ਵੀ ਕਰ ਸਕਣ। ਅੱਜ ਅਸੀਂ ਇੱਥੇ ਆਪਣੇ ਜਿਹੜੇ ਕਲਾਸਾਂ 'ਚ ਅਸੀਂ ਝੁੱਗੀਆਂ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਉਹਨਾਂ ਸਾਰੇ ਬੱਚਿਆਂ ਨੂੰ ਇੱਥੇ ਬੁਲਾ ਕੇ ਅਸੀਂ ਉਹਨਾਂ ਨਾਲ ਗੁਰਪੁਰਬ ਮਨਾਇਆ ਹੈ, ਉਹਨਾਂ ਨੂੰ ਉਹਨਾਂ ਦੀ ਲੋੜਵੰਦ ਸਮੱਗਰੀ ਦਿੱਤੀ ਹੈ ਤਾਂ ਕਿ ਉਹਨਾਂ ਉਹ ਬੱਚੇ ਵੀ ਜਿਹੜੇ ਬਿਲਕੁਲ ਵੀ ਸਕੂਲਾਂ 'ਚ ਨਹੀਂ ਗਏ ਉਹ ਵੀ ਵਿੱਦਿਆ ਹਾਸਲ ਕਰ ਸਕਣ ਅਤੇ ਸਮਾਜ ਵਿੱਚ ਉਹਨਾਂ ਨੂੰ ਵੀ ਸਮਾਨਤਾ ਮਿਲ ਸਕੇ ਅਤੇ ਉਹ ਵੀ ਉਹ ਆਪਣੀਆਂ ਜਿਹੜੇ ਸੁਪਨੇ ਨੇ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਣ ਅਤੇ ਉਹਨਾਂ ਸੁਪਨਿਆਂ ਨੂੰ ਪੂਰੇ ਕਰ ਸਕਣ। ਇਹਨਾਂ ਬੱਚਿਆਂ ਨੂੰ ਅੱਜ 500 ਦੇ ਕਰੀਬ ਬੱਚੇ ਅਤੇ ਉਹਨਾਂ ਦੇ ਪਰਿਵਾਰ ਆਏ ਨੇ ਅਤੇ ਉਹਨਾਂ ਨੂੰ ਅਸੀਂ ਜਿਹੜੀ ਲੋੜਵੰਦ ਸਮੱਗਰੀ ਦਿੱਤੀ ਹੈ, ਕੰਬਲ ਵਗੈਰਾ ਦਿੱਤੇ ਨੇ ਤਾਂ ਕਿ ਉਹਨਾਂ ਦੀ ਆਉਣ ਵਾਲੀਆਂ ਸਰਦੀਆਂ ਵੀ ਵਧੀਆ ਨਿਕਲ ਸਕਣ ਅਤੇ ਸਤਿਗੁਰੂ ਨਾਨਕ ਦੇਵ ਜੀ ਦਾ ਜਿਹੜਾ ਅਸਲੀ ਸੱਚਾ ਸੌਦਾ ਸੀਗਾ ਭੁੱਖਿਆਂ ਨੂੰ ਭੋਜਨ, ਨੰਗੇ ਨੂੰ ਕੱਪੜਾ ਅਤੇ ਜੋ ਲੋੜ ਵਾਲੇ ਨੂੰ ਜੋੜਾ ਦੇਣ ਦਾ ਜਿਹੜਾ ਅਸੀਂ ਸਿਧਾਂਤ ਜਿਹੜਾ ਇਹਨੂੰ ਮੰਨਣ ਦੀ ਕੋਸ਼ਿਸ਼ ਕੀਤੀ ਹੈ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਵਿਕਾਸ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।